the number of votes for option two, independence, 176,928 votes. ਸੰਸਾਰ ਵਿੱਚ ਨਵੇਂ ਮੁਲਕ ਲਗਾਤਾਰਤਾ ਨਾਲ ਬਣ ਰਹੇ ਹਨ। 1950 ਵਿੱਚ ਯੂਨਾਈਟਿਡ ਨੇਸ਼ਨਸ ਦੀ ਸਥਾਪਨਾ ਵੇਲੇ ਸਿਰਫ 50 ਦੇਸ਼ ਸਨ, ਹੁਣ 193 ਦੇਸ਼ UN ਦੇ ਮੈਂਬਰ ਹਨ। ਜਲਦੀ ਦੁਨੀਆ ਦੇ ਨਕਸ਼ੇ 'ਤੇ ਇੱਕ ਨਵਾਂ ਮੁਲਕ ਹੋਂਦ ਵਿੱਚ ਆਉਣ ਜਾ ਰਿਹਾ। ਰੈਫਰੈਂਡਮ ਦੁਆਰਾ ਬਣਾਏ ਜਾ ਰਹੇ ਇਸ ਮੁਲਕ ਦਾ ਨਾਮ ਹੈ ਬੋਗਨਵਿਲੇ। ਸੰਸਾਰ ਦੇ ਓਸ਼ਨੀਆ ਖਿੱਤੇ ਵਿੱਚ ਸਥਿਤ ਦੀਪਾਂ ਦੇ ਦੇਸ਼ ਪਾਪੂਆ ਨਿਊ ਗਿਨੀ ਦਾ ਹੁਣ ਤੱਕ ਹਿੱਸਾ ਰਹੇ ਬੋਗਨਵਿਲੇ ਵਿੱਚ ਰੈਫਰੈਂਡਮ ਵਿੱਚ 98% ਲੋਕਾਂ ਨੇ ਵੋਟਾਂ ਪਾਈਆਂ ਹਨ। ਇਸ ਦੇਸ਼ ਦੀ ਕੁੱਲ ਆਬਾਦੀ 3 ਲੱਖ ਦੇ ਕਰੀਬ ਹੈ ਅਤੇ ਇੱਥੇ ਲੰਬੇ ਵਕਤ ਤੱਕ ਆਜ਼ਾਦੀ ਲਈ ਸੰਘਰਸ਼ ਚੱਲਦਾ ਰਿਹਾ, ਜਿਸ ਵਿੱਚ 20,000 ਤੋਂ ਵੀ ਜ਼ਿਆਦਾ ਲੋਕ ਮਾਰੇ ਗਏ। ਦਰਅਸਲ ਇਸ ਵੇਲੇ ਇਹ ਪਾਪੂਆ ਨਿਊ ਗਿਨੀ ਦੇਸ਼ ਦਾ ਇੱਕ ਸੂਬਾ ਹੈ ਜਿੱਥੇ ਲਗਭਗ ਪਿਛਲੇ 1 ਦਹਾਕੇ ਤੋਂ ਹਿੰਸਾ ਜਾਰੀ ਹੈ। ਇਹ ਸੂਬੇ ਦਾ ਨਾਂ ਹੈ ਬੋਗਨਵਿਲੇ। ਹੁਣ ਛੇਤੀ ਹੀ ਇਸ ਦੇ ਹੀ ਇੱਕ ਵੱਖਰੇ ਨਵੇਂ ਦੇਸ਼ ਵਜੋਂ ਦੁਨੀਆ ਦੇ ਸਾਹਮਣੇ ਆਉਣ ਦੀ ਸੰਭਾਵਨਾ ਬਣ ਗਈ ਹੈ। ਦਰਅਸਲ ਬੋਗਨਵਿਲੇ ਵਿੱਚ ਹੁਣ ਇੱਕ ਰਾਏਸ਼ੁਮਾਰੀ ਕਰਵਾਈ ਗਈ ਹੈ, ਰੈਫਰੈਂਡਮ ਕਰਵਾਇਆ ਗਿਆ ਹੈ। ਇੱਥੋਂ ਦੇ ਨਿਵਾਸੀਆਂ ਨੇ ਆਪਣੀ ਆਜ਼ਾਦੀ ਲਈ ਵੋਟਾਂ ਪਾਈਆਂ ਹਨ। ਇਸ ਰਾਏਸ਼ੁਮਾਰੀ ਨਾਲ ਇਸ ਟਾਪੂਨੁਮਾ ਸੂਬੇ ਨੇ ਪਾਪੂਆ ਨਿਊ ਗਿਨੀ ਤੋਂ ਵੱਖ ਹੋ ਕੇ ਇੱਕ ਆਜ਼ਾਦ ਦੇਸ਼ ਬਣਨ ਵੱਲ ਕਦਮ ਵਧਾ ਦਿੱਤੇ ਹਨ। ਖਬਰ ਏਜੰਸੀ ਰਾਈਟਰਸ ਮੁਤਾਬਕ ਰਾਏਸ਼ੁਮਾਰੀ ਲਈ 1,81,067 ਨਾਗਰਿਕਾਂ ਨੇ ਵੋਟਾਂ ਪਾਈਆਂ, ਜਿਸ ਵਿੱਚ 1,76,928 ਭਾਵ ਲਗਭਗ 98% ਨੇ ਆਜ਼ਾਦੀ ਦੇ ਹੱਕ ਵਿੱਚ ਵੋਟ ਪਾਈ। ਸਿਰਫ 3,043 ਜਣਿਆਂ ਨੇ ਹੀ ਪਾਪੂਆ ਨਿਊ ਗਿਨੀ ਨਾਲ ਬਣੇ ਰਹਿਣ ਲਈ ਵੋਟਾਂ ਪਾਈਆਂ, 1,000 ਵੋਟਾਂ ਰੱਦ ਹੋ ਗਈਆਂ। The total vote, the total votes counted were 181,067, 181,067. The number of informed ballot papers, 1,096. The number of votes for option one, greater autonomy, 3,043, 3,043. The number of votes for option two, independence, 176,928 votes. ਦੋ 2011 ਵਿੱਚ ਹੋਏ ਇੱਕ ਸਮਝੌਤੇ ਤਹਿਤ ਪਿਛਲੇ ਦਿਨੀ ਇੱਥੇ ਰੈਫਰੈਂਡਮ ਕਰਵਾਇਆ ਗਿਆ ਸੀ। ਇਸ ਰੈਫਰੈਂਡਮ ਦੇ ਨਤੀਜੇ ਨੂੰ ਪਾਪੂਆ ਨਿਊ ਗਿਨੀ ਦੀ ਪਾਰਲੀਮੈਂਟ ਵੱਲੋਂ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਇਹ ਇੱਕ ਅੱਡ ਦੇਸ਼ ਬਣ ਜਾਵੇਗਾ। ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਬੋਗਨਵਿਲੇ ਦੀ ਆਬਾਦੀ ਸਿਰਫ 3 ਲੱਖ ਹੈ, ਫਿਰ ਵੀ ਇਹ ਮੁਲਕ ਦੁਨੀਆ ਵਿੱਚ ਨਵੇਂ ਦੇਸ਼ ਵਜੋਂ ਸਥਾਪਿਤ ਹੋ ਚੁੱਕਾ। ਇਹ ਰਾਏਸ਼ੁਮਾਰੀ ਪਿਛਲੇ 20 ਸਾਲਾਂ ਤੋਂ ਜਾਰੀ ਉਸ ਹਿੰਸਾ ਪ੍ਰਕਿਰਿਆ ਦਾ ਹਿੱਸਾ ਹੈ ਜੋ ਬੋਗਨਵਿਲੇ ਤੇ ਪਾਪੂਆ ਨਿਊ ਗਿਨੀ ਵਿਚਾਲੇ ਖੂਨੀ ਖਾਨਾ ਜੰਗੀ ਚੱਲੀ ਸੀ। ਇਹ ਖਾਨਾ ਜੰਗੀ ਭਾਵੇਂ 1998 ਵਿੱਚ ਖਤਮ ਹੋ ਗਈ ਸੀ, ਇਸ ਖਾਨਾ ਜੰਗੀ ਵਿੱਚ 15,000 ਤੋਂ 20,000 ਤੋਂ ਵੱਧ ਲੋਕ ਮਾਰੇ ਗਏ ਸੀ। ਬੋਗਨਵਿਲੇ ਪ੍ਰਸ਼ਾਂਤ ਮਹਾਸਾਗਰ ਦਾ ਇੱਕ ਟਾਪੂ ਹੈ ਜੋ ਹੁਣ ਤੱਕ ਪਾਪੂਆ ਨਿਊ ਗਿਨੀ ਦਾ ਹੀ ਹਿੱਸਾ ਰਿਹਾ। ਬੀਤੀ 23 ਨਵੰਬਰ ਨੂੰ ਸ਼ੁਰੂ ਹੋਈ ਵੋਟਿੰਗ ਦਾ ਬੁੱਧਵਾਰ ਨੂੰ ਨਤੀਜਾ ਆਇਆ ਹੈ। ਹੁਣ ਇਹ ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਬਣ ਜਾ ਰਿਹਾ ਹੈ। ਹੁਣ ਇਹ ਰਾਏਸ਼ੁਮਾਰੀ ਨਤੀਜਾ ਪਾਪੂਆ ਨਿਊ ਗਿਨੀ ਦੀ ਸੰਸਦ ਵਿੱਚ ਪੇਸ਼ ਹੋਵੇਗਾ। ਉਂਝ ਇਸ ਦਾ ਵਿਰੋਧ ਵੀ ਹੋ ਸਕਦਾ ਹੈ, ਪਰ ਲੋਕਾਂ ਦੀ ਵੋਟਿੰਗ ਦਾ ਦਬਾਅ ਯਕੀਨੀ ਤੌਰ 'ਤੇ ਪਾਪੂਆ ਨਿਊ ਗਿਨੀ ਦੀ ਸੰਸਦ 'ਤੇ ਜ਼ਰੂਰ ਰਹੇਗਾ। ਸਿਰਫ 3 ਲੱਖ ਦੀ ਆਬਾਦੀ ਵਾਲੇ ਬੋਗਨਵਿਲੇ ਦੇ ਵਾਸੀਆਂ ਨੂੰ ਆਜ਼ਾਦੀ ਮੁਬਾਰਕ। ਰੋਜ਼ਾਨਾ ਤਾਜ਼ਾ ਖਬਰਾਂ ਤੇ ਨਵੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ TV।
ਅਤੇ ਨਾਲ ਹੀ ਬੈਲ ਦਾ ਨਿਸ਼ਾਨ ਵੀ ਦਬਾਓ ਤਾਂ ਜੋ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਫੋਨ ਉੱਤੇ ਮਿਲ ਸਕੇ।